ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਕੁਲ ਸਿੱਧੂ ਔਰ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਕਿ ਤੁਸੀਂ ਮੇਰੇ ਚੈਨਲ ਮੇਰੇ ਯੂਟਿਊਬ ਚੈਨਲ ਸਾਵਲੀ ਸਿੱਧੂ ਨੂੰ ਬਹੁਤ ਸਾਰਾ ਪਿਆਰ ਦਿੱਤਾ ਔਰ ਸਬਸਕ੍ਰਾਈਬ ਕਰਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਸੀ ਕਿ ਮੇਰੀ ਜਿਹੜੀ ਪਹਿਲੀ ਰਿਲੀਜ਼ ਫਿਲਮ ਹੈ ਉਹ ਕਿਹੜੀ ਆ ਸੋ ਤੁਹਾਡੇ 'ਚੋਂ ਬਹੁਤ ਸਾਰੇ ਲੋਕਾਂ ਨੇ ਕਮੈਂਟਸ ਕੀਤੇ ਅਤੇ ਬਹੁਤ ਸਾਰੇ ਸਹੀ ਵੀ ਸੀ ਬਹੁਤ ਸਾਰੇ ਗਲਤ ਵੀ ਸੀ ਪਰ ਜਿਨ੍ਹਾਂ ਨੇ ਸਹੀ ਜਵਾਬ ਦਿੱਤਾ ਉਹਨਾਂ ਦੇ ਨਾਮ ਮੈਂ ਨੋਟ ਕੀਤੇ ਆ ਉਹ ਹੈਗੇ ਆ ਜੀ ਮੋਹਨ ਸਿੰਘ ਜਸ ਸਿੱਧੂ ਪ੍ਰੀਤ ਰਾਜਪਾਲ ਜਗਸੀਰ ਸਿੰਘ ਅਤੇ ਅਖਿਲੇਸ਼ ਸ਼ਰਮਾ ਸੋ ਮੇਰੀ ਪਹਿਲੀ ਫਿਲਮ ਅੰਨੇ ਘੋੜੇ ਦਾ ਦਾਨ ਸੀ ਜੋ ਕਿ 2011 ਦੇ ਵਿੱਚ ਰਿਲੀਜ਼ ਹੋਈ ਸੀ ਸੋ ਆਪਾਂ ਅੱਜ ਕੋਕ ਪੀਂਦੇ ਹਾਂ ਅਤੇ ਮੇਰੇ ਨਾਲ ਨਾਲ ਤੁਸੀਂ ਪੀਓ ਅਤੇ ਆਪਾਂ ਇਹਦੇ ਨਾਲ ਨਾਲ ਮੈਂ ਤੁਹਾਡੇ ਨਾਲ ਆਪਣੀ ਇਸ ਫਿਲਮ ਦੀਆਂ ਕੁਝ ਗੱਲਾਂ ਸਾਂਝੀਆਂ ਕਰਦੀ ਹਾਂ ਸੋ ਅੱਜ ਜਾਂ ਫਿਰ ਮੈਂ ਮਤਲਬ ਟੀਵੀ ਜਾਂ ਕੁਛ ਵੀ ਇੱਦਾਂ ਦਾ ਕਰਨਾ ਚਾਹੁੰਦੀ ਹਾਂ ਅਤੇ ਮੇਰਾ ਮਜ਼ਾਕ ਉਡਾਇਆ ਜਾਊਗਾ ਇੱਥੋਂ ਤੱਕ ਕਿ ਮੈਂ ਆਪਦੇ ਪੇਰੈਂਟਸ ਨੂੰ ਵੀ ਨਹੀਂ ਸੀ ਦੱਸਿਆ ਘਰੇ ਵੀ ਨਹੀਂ ਕਿਸੇ ਨੂੰ ਪਤਾ ਸੀ ਸਿਰਫ ਇਹ ਮੇਰੇ ਮਨ ਦੀ ਗੱਲ ਸੀ ਜਿਹੜੀ ਕਿ ਅੱਗੇ ਜਾ ਕੇ ਪੂਰੀ ਹੋਈ ਸ਼ਾਇਦ ਜਿਵੇਂ ਕਹਿੰਦੇ ਹੁੰਦੇ ਆ ਕਿ ਫਿਲਮ ਦਾ ਡਾਇਲੋਗ ਹੈ ਜਬ ਆਪ ਕਿਸੀ ਚੀਜ਼ ਕੋ ਸ਼ਿੱਦਤ ਸੇ ਚਾਹਤੇ ਹੋ ਤੋ ਪੂਰੀ ਕਾਇਨਾਤ ਉਸੇ ਆਪਸੇ ਮਿਲਾਨੇ ਮੇਂ ਲੱਗ ਜਾਤੀ ਹੈ ਅਤੇ ਮੇਰੇ ਨਾਲ ਇਹ ਵਾਪਰਿਆ ਔਰ ਇਹ ਬਿਲਕੁਲ ਸੱਚ ਹੈ ਮੈਂ ਸਕੂਲ ਟਾਈਮ ਤੋਂ ਜਿਵੇਂ ਮੈਂ ਦੱਸਿਆ ਵੀ ਮੈਨੂੰ ਬਹੁਤ ਜ਼ਿਆਦਾ ਸ਼ੌਕ ਸੀ ਅਤੇ ਕਿਸੇ ਨੂੰ ਦੱਸਦੀ ਨਹੀਂ ਸੀ ਪਰ ਮੈਂ ਪੋਇਮਸ ਵੀ ਲਿਖੀਆਂ ਸਕੂਲ ਦੀ ਮੈਗਜ਼ੀਨ 'ਚ ਮੇਰੀਆਂ ਪੋਇਮਸ ਛਪੀਆਂ ਔਰ ਫਿਰ ਸਾਡੇ ਮੈਂ ਜਿਵੇਂ ਕੇਂਦਰੀ ਵਿਦਿਆਲਿਆ 'ਚ ਪੜ੍ਹੀ ਹਾਂ ਉੱਥੇ ਇੱਕ ਹਿੰਦੀ ਦਿਵਸ ਪੂਰਾ ਵੀਕ ਮਨਾਇਆ ਜਾਂਦਾ ਉਹ 'ਚ ਮੈਂ ਪੋਇਮਸ ਬੋਲਦੀ ਸੀ ਉਹ ਵੀ ਸਵੈਮ ਰਚਿਤ ਪੋਇਮਸ ਬੋਲਦੀ ਸੀ ਅਤੇ ਉਸ ਤੋਂ ਬਾਅਦ ਫਿਰ ਕਾਲਜ ਆ ਗਈ ਉੱਥੇ ਮੈਂ ਗਿੱਧੇ ਦੀ ਟੀਮ 'ਚ ਸੀਗੀ ਅਤੇ ਸਾਡੇ ਪਲੇਅ ਵੀ ਹੁੰਦਾ ਸੀ ਪਲੇਅ ਇਸ ਤਰ੍ਹਾਂ ਸੀ ਕਿ ਮੈਨੂੰ ਪਲੇਅ ਲਈ ਬੁਲਾਇਆ ਗਿਆ ਅਤੇ ਬਟ ਮੈਨੂੰ ਗਿੱਧੇ ਵਾਲੀ ਮੈਮ ਨੇ ਛੱਡਿਆ ਨਹੀਂ ਸੋ ਅੰਦਰ ਦਾ ਜਿਹੜਾ ਮੇਰਾ ਸੀਗਾ ਕਿ ਮੈਂ ਹਾਂ ਪਲੇਅ ਕਰਨਾ ਅਤੇ ਉਹ ਨਹੀਂ ਕਰ ਪਾਈ ਉਸ ਤੋਂ ਬਾਅਦ ਸਾਡੇ ਬਠਿੰਡੇ 'ਚ ਇੱਕ ਮੇਲਾ ਹੁੰਦਾ ਸੱਭਿਆਚਾਰਕ ਮੇਲਾ ਉੱਥੇ ਮੈਨੂੰ ਕਿਸੇ ਨੇ ਕਿਹਾ ਕਿ ਦੇਖ ਕੇ ਕਿ ਪਲੇਅ ਕਰੇਂਗੀ ਮੈਂ ਕਿਹਾ ਹਾਂਜੀ ਕਰੂੰਗੀ ਅਤੇ ਫਿਰ ਉਹ ਪਲੇਅ ਮੈਂ ਕੀਤਾ ਪਹਿਲਾਂ ਸ਼ਹੀਦ ਭਗਤ ਸਿੰਘ ਉਹ ਮੇਰਾ ਪਹਿਲਾ ਪਲੇਅ ਸੀ ਉਸ ਤੋਂ ਬਾਅਦ ਮੈਂ ਟੋਨੀ ਬਾਤਿਸ਼ ਜੀ ਸਰ ਨੂੰ ਮਿਲੀ ਔਰ ਫਿਰ ਬਠਿੰਡੇ ਹੀ ਕੇਵਲ ਬਾਂਸਲ ਵੀਰਾ ਉਹਨਾਂ ਨਾਲ ਮੈਂ ਪਲੇਅ ਕੀਤੇ ਟੀਮ ਨਾਲ ਮੇਰਾ ਪਲੇਅ ਸੀਗਾ ਅਸੀਂ ਕੀਤਾ ਮੁਕਤੀ ਪਰਿੰਦੇ ਹੁਣ ਜਾਣ ਕਿੱਥੇ ਬੁੱਕਲ ਦੀ ਅੱਗ ਮੈਂ 3-4 ਪਲੇਅ ਕੀਤੇ ਮੈਂ ਬਹੁਤ ਜ਼ਿਆਦਾ ਨਹੀਂ ਕਈਆਂ ਨੂੰ ਭੁਲੇਖਾ ਕਿ ਮੈਂ ਸ਼ਾਇਦ ਥੀਏਟਰ ਡਿਪਾਰਟਮੈਂਟ ਤੋਂ ਹਾਂ ਪਰ ਮੈਂ ਅੱਜ ਦੱਸਦੀ ਹਾਂ ਕਿ ਮੈਂ ਨਹੀਂ ਹੈਗੀ ਅਤੇ ਮੈਂ ਸਿਰਫ 3-4 ਪਲੇਅ ਕੀਤੇ ਸ਼ਾਇਦ ਮੇਰੇ ਅੰਦਰ ਦੀ ਹੀ ਕੋਈ ਸ਼ਕਤੀ ਸੀ ਜਿਹਦੇ ਕਰਕੇ ਮੈਂ ਇਸ ਫੀਲਡ 'ਚ ਆ ਗਈ ਜਾਂ ਜਿਵੇਂ ਬਚਪਨ ਤੋਂ ਬੰਦਾ ਚਾਹੁੰਦਾ ਤਾਂ ਉਸ ਗੱਲ ਨੂੰ ਪੂਰੀ ਸ਼ਿੱਦਤ ਨਾਲ ਕਰਦਾ ਮੈਂ ਜੋ ਕਰਦੀ ਹਾਂ ਉਹਨੂੰ ਬਹੁਤ ਸ਼ਿੱਦਤ ਨਾਲ ਕਰਦੀ ਹਾਂ ਇਸ ਕਰਕੇ ਮੈਂ ਸ਼ਾਇਦ ਇਸ ਫੀਲਡ 'ਚ ਅੱਜ ਅੰਨੇ ਘੋੜੇ ਦਾ ਦਾਨ ਮੈਨੂੰ ਜਿਸ ਵੇਲੇ ਮਿਲੀ ਮੈਂ ਉਦੋਂ ਮੇਰੇ ਪਲੇਅ ਦੀ ਰਿਹਰਸਲ ਚੱਲਦੀ ਸੀ ਬਠਿੰਡੇ ਟੀਚਰ ਰੂਮ ਦੇ ਵਿੱਚ ਅਤੇ ਮੈਨੂੰ 2 ਦਿਨਾਂ ਤੋਂ ਲਗਾਤਾਰ ਉਹਨਾਂ ਨੇ ਟੋਨੀ ਸਰ ਨੂੰ ਕੰਟੈਕਟ ਕੀਤਾ ਟੀਮ ਨੇ ਫਿਲਮ ਦੀ ਟੀਮ ਨੇ ਅਤੇ ਮੈਨੂੰ ਲਗਾਤਾਰ ਫੋਨਸ ਆ ਰਹੇ ਸੀਗੇ ਕਿ ਤੂੰ ਜਾ ਔਰ ਉੱਥੇ ਆਡੀਸ਼ਨ ਦੇ ਕੇ ਆ ਬੋਂਬੇ ਤੋਂ ਮਤਲਬ ਟੀਮ ਆਈ ਵੀ ਆ ਇੱਥੇ ਫਿਲਮ ਕਰਨ ਮੈਂ ਬਹੁਤ ਲਾਈਟਲੀ ਲਿਆ ਕਿਉਂਕਿ ਮੈਂ ਪਲੇਅ ਕਰ ਰਹੀ ਸੀ ਔਰ ਅੰਦਰ ਕਿਤੇ ਨਾ ਕਿਤੇ ਸਾਡਾ ਜਿਹੜਾ ਸਮਾਜ ਹੈ ਜਾਂ ਸਾਡੇ ਲੋਕ ਆ ਜਾਂ ਮੇਰਾ ਆਪਦਾ ਪਰਿਵਾਰ ਵੀ ਕਹਿ ਲਓ ਰਿਸ਼ਤੇਦਾਰ ਕਹਿ ਲਓ ਤੁਹਾਡੇ ਅੰਦਰ ਇਹ ਗੱਲਾਂ ਮਤਲਬ ਇੰਨਾ ਘਰ ਕਰ ਜਾਂਦੀਆਂ ਨੇ ਕਿ ਫਿਲਮਾਂ ਵਾਲੇ ਮਤਲਬ ਮੈਨੂੰ ਕਿੱਥੇ ਚਲੋ ਕੋਈ ਨਹੀਂ ਮੈਂ ਜੋ ਕਰਨਾ ਚਾਹੁੰਦੀ ਸੀ ਪਲੇਅ ਰਾਹੀਂ ਸ਼ਾਇਦ ਮੈਂ ਕਰ ਪਾ ਰਹੀ ਹਾਂ ਇੰਨਾ ਹੀ ਬਹੁਤ ਆ ਉਸ ਤੋਂ ਬਾਅਦ ਮੈਨੂੰ ਫਿਰ ਰਿਹਰਸਲ ਕਰਦੀ ਨੂੰ ਫੋਨ ਆਇਆ ਅਤੇ ਮੈਂ ਕਿਹਾ ਟੋਨੀ ਸਰ ਦਾ ਜਿਵੇਂ ਸੁਭਾਅ ਸੀ ਉਹਨਾਂ ਨੇ ਬੜੇ
ਗੁੱਸੇ ਦੇ ਨਾਲ ਮੈਨੂੰ ਕਿਹਾ ਕਿ ਕੁੜੀਏ ਤੂੰ ਗਈ ਨਹੀਂ, ਅਤੇ ਮੈਂ ਡਰ ਗਈ ਅਤੇ ਮੈਂ ਕਿਹਾ ਸਰ ਮੈਂ ਹੁਣੀ ਜਾਂਦੀ ਹਾਂ। 5 ਮਿੰਟ ਦੀ ਬ੍ਰੇਕ ਲੈ ਕੇ ਮੈਂ ਮਾਲ ਰੋਡ 'ਤੇ ਸਾਡੇ ਇੱਕ ਹੋਟਲ ਸੀ ਜਿੱਥੇ ਉਹ ਠਹਿਰੇ ਸੀ, ਮੈਂ ਉੱਥੇ ਆਡੀਸ਼ਨ ਦੇ ਕੇ ਆਈ ਔਰ ਮੈਂ 5 ਮਿੰਟ 'ਚ ਵਾਪਸ ਆ ਗਈ ਆਡੀਸ਼ਨ ਦੇ ਕੇ ਫਟਾਫਟ। ਮਤਲਬ ਜਿਵੇਂ ਤੁਸੀਂ ਕੰਮ ਨਿਬੇੜ ਕੇ ਹੀ ਆਉਂਦੇ ਹੁੰਦੇ ਹੋ ਕਿ ਠੀਕ ਆ ਸਰ ਨੇ ਕਿਹਾ ਜਾਣਾ ਮੈਨੂੰ ਪੈਣਾ ਅਤੇ ਚਲੋ ਮੈਂ ਕਰਕੇ ਫਟਾਫਟ ਆ ਗਈ ਰਿਹਰਸਲ 'ਤੇ ਆ ਗਈ ਵਾਪਸ। ਉਸ ਤੋਂ ਬਾਅਦ ਇਹ ਬਹੁਤ ਫਨੀ ਆ, ਬਹੁਤ ਫਨੀ, ਮੈਂ ਜਦੋਂ ਸਾਨੂੰ ਇੱਕ ਵਿਆਹ ਆ ਗਿਆ ਅਤੇ ਮੈਂ ਵਿਆਹ ਚਲੀ ਗਈ ਸ਼ਾਇਦ ਪਾਤੜਾਂ ਸੀਗਾ, ਅਤੇ ਉੱਥੇ ਜਾ ਕੇ ਮੈਨੂੰ ਇਹਨਾਂ ਦਾ ਫੋਨ ਆਇਆ 10 ਦਿਨ ਬਾਅਦ, ਸ਼ਾਇਦ 1 ਹਫ਼ਤੇ ਬਾਅਦ, ਕਿ ਤੁਸੀਂ ਸ਼ੋਰਟ ਲਿਸਟ ਦਿਓ ਅਤੇ ਆਪ ਆ ਸਕਦੇ ਹਾਂ, ਆਪ ਆ ਜਾਈਏ। ਮੈਂ ਵੀ ਅੱਗੋਂ ਹੁਣ ਮੈਂ ਕਿਹਾ ਨਹੀਂ ਮੈਂ ਤਾਂ ਸ਼ਾਦੀ ਪਰ ਹੂੰ, ਅਭੀ ਤੋਂ ਮੈਂ ਨਹੀਂ ਆ ਸਕਤੀ। ਅਤੇ ਉਹ ਕਹਿੰਦੇ ਨਹੀਂ ਮੈਮ ਹਮ ਆਪਕੇ ਲੀਏ ਰੁਕੇ ਹੈ। ਅਤੇ ਮੈਂ ਵੀ ਪ੍ਰੋਪਰ ਅੱਗੋਂ ਮੈਂ ਕਿਹਾ ਜੀ ਨਹੀਂ ਮੈਂ ਤਾਂ ਮੈਂ 30 ਕੋ ਆ ਜਾਊਂਗੀ। ਕਹਿੰਦੇ ਠੀਕ ਹੈ, ਅੱਜ ਮੈਨੂੰ ਡੇਟ ਯਾਦ ਆ ਕਿ ਮੈਂ 30 ਕੋ ਆ ਜਾਊਂਗੀ। ਅਤੇ ਮੈਂ ਉਹ ਮੇਰੇ ਲਈ ਰੁਕੇ ਬਕਾਇਦਾ, ਮੈਂ ਜਿੱਦਣ ਵਾਪਸ ਆਈ ਅਤੇ ਮੈਂ ਫਟਾਫਟ ਉਹਨਾਂ ਕੋਲ ਗਈ। ਉਹਨਾਂ ਨੇ ਮੈਨੂੰ ਸੀਗਾ ਕਿ 4-5 ਜਣੇ ਹੋਣਗੇ ਸ਼ੋਰਟ ਲਿਸਟ, ਮੈਨੂੰ ਕਿੱਥੇ ਰੱਖਣਾ। ਜਦੋਂ ਉਹਨਾਂ ਨੇ ਮੇਰਾ ਆਡੀਸ਼ਨ ਲਿਆ ਮੈਨੂੰ ਸਕ੍ਰਿਪਟ ਦੇ ਤੀ, ਆਪ ਫਾਈਨਲ ਹੋ। ਮੈਂ ਕਿਹਾ ਵਾਹ, ਉਹ ਆ ਵੀ ਮਤਲਬ ਮੈਨੂੰ ਯਕੀਨ ਨਹੀਂ ਹੋਇਆ, ਫਿਰ ਵੀ ਯਕੀਨ ਨਹੀਂ ਹੋਇਆ। ਚਲੋ ਜੀ ਮੈਂ ਆ ਗਈ, ਸਾਰਿਆਂ ਨੂੰ ਦੱਸਿਆ ਅਤੇ ਫਿਲਮ ਮਿਲ ਗਈ। ਔਰ ਉਸ ਤੋਂ ਬਾਅਦ ਇੱਕ ਫਨੀ ਗੱਲ ਇਹ ਵੀ ਆ ਕਿ ਜਦੋਂ ਮੈਨੂੰ ਇਹ ਫਿਲਮ ਮਿਲੀ, ਮੈਨੂੰ ਨਹੀਂ ਸੀ ਪਤਾ ਫਿਲਮ ਦੇ ਮਿਡ ਤੱਕ ਸ਼ੂਟ ਹੋ ਗਿਆ, ਅਤੇ ਮੈਨੂੰ ਇਹ ਗੱਲ ਨਹੀਂ ਸੀ ਪਤਾ ਕਿ ਮੈਂ ਫਿਲਮ ਲੀਡ ਕਰ ਰਹੀ ਹਾਂ। ਜਦੋਂ 10 ਦਿਨ ਦਾ ਸ਼ੂਟ ਹੋ ਗਿਆ, 10 ਦਿਨ ਬਾਅਦ ਸੈਮੂਲ ਭਾਅ ਜੀ ਸੀਗੇ, ਸੈਮੂਲ ਜੌਨ ਭਾਅ ਜੀ, ਅਤੇ ਮੈਨੂੰ ਮੇਰੇ ਅਸਿਸਟੈਂਟ ਨੇ ਸਾਡੇ ਫਿਲਮ ਦੇ, ਉਹਨਾਂ ਨੇ ਮੈਨੂੰ ਕਿਹਾ ਕਿ ਸੈਮੂਲ ਜੀ ਇਹ ਆਪਣੀ ਹੀਰੋਇਨ। ਮੈਨੂੰ ਲੱਗਿਆ ਕੀ ਬੋਲਦਾ, ਮਤਲਬ ਮੈਨੂੰ ਪਤਾ ਹੀ ਨਹੀਂ ਕਿ ਮੈਂ ਲੀਡ ਹਾਂ। ਮੈਨੂੰ ਲੱਗਿਆ ਕਿ ਠੀਕ ਆ, ਜੇ ਇਹਨਾਂ ਨੇ ਮੈਨੂੰ ਫਿਲਮ 'ਚ ਲੈ ਲਿਆ ਤਾਂ ਕੋਈ ਕਰੈਕਟਰ ਹੋਊਗਾ ਛੋਟਾ ਮੋਟਾ, ਮੈਂ ਲੀਡ ਥੋੜ੍ਹੀ ਹੋਊਂਗੀ। ਅਤੇ ਜਿਸ ਵੇਲੇ ਮੈਨੂੰ ਇਹ ਗੱਲ ਪਤਾ ਲੱਗੀ ਕਿ ਮੈਂ ਮਤਲਬ ਲੀਡ ਕਰ ਰਹੀ ਹਾਂ, ਮੈਨੂੰ ਚੰਗਾ ਵੀ ਬਹੁਤ ਲੱਗਿਆ। ਪਰ ਕਿਤੇ ਨਾ ਕਿਤੇ ਅੱਜ ਮੈਨੂੰ ਇਹ ਲੱਗਦਾ ਕਿ ਕਿੰਨੀ ਇਨੋਸੈਂਸ ਸੀਗੀ, ਇਨੋਸੈਂਸ ਸੀ ਜਾਂ ਬੇਵਕੂਫੀ ਸੀ ਪਤਾ ਨਹੀਂ, ਪਰ ਮੈਨੂੰ ਨਹੀਂ ਪਤਾ ਸੀ। ਸੱਚੀ ਫਿਲਮ ਦੇ ਹਾਫ ਫਿਲਮ ਦਾ ਸ਼ੂਟ ਨਿਬੜ ਗਿਆ ਸੀ ਅਤੇ ਮੈਨੂੰ ਨਹੀਂ ਸੀ ਪਤਾ ਕਿ ਮੈਂ ਲੀਡ ਕਰ ਰਹੀ ਹਾਂ। ਮੇਰਾ ਐਕਸਪੀਰੀਅੰਸ ਬਹੁਤ ਚੰਗਾ ਰਿਹਾ। ਮੈਂ ਬਹੁਤ ਡਰ ਡਰ ਕੇ ਸ਼ੂਟ ਕੀਤਾ, ਮੈਂ ਬਹੁਤ ਨਰਵਸ ਸੀ ਕਿਉਂਕਿ ਉੱਥੇ ਸਾਰੇ ਜਣੇ, ਇੱਕ ਤਾਂ ਪੂਰੀ ਟੀਮ ਬੋਂਬੇ ਤੋਂ ਆਈ, ਮੈਂ ਇੱਕ ਕੁੜੀ ਜਿਹੜੀ ਬਠਿੰਡੇ ਸਿਰਫ ਕੁਛ ਪਲੇ ਕੀਤੇ ਨੇ, ਕੌਨਫੀਡੈਂਸ ਲੈਵਲ ਤੁਹਾਡਾ ਕੁਛ ਹੁੰਦਾ ਨਹੀਂ ਉਸ ਵੇਲੇ ਮੇਰਾ ਤਾਂ, ਮੈਨੂੰ ਤਾਂ ਅੱਜ ਵੀ ਡਰ ਲੱਗਦਾ ਰਹਿੰਦਾ। ਖੈਰ ਜਦੋਂ ਮੈਂ ਸ਼ੂਟ 'ਤੇ, ਮੈਂ ਆਪਦੀਆਂ ਹਰ ਇੰਟਰਵਿਊਜ਼ 'ਚ ਦੱਸਦੀ ਹਾਂ ਕਿ ਮੈਂ ਨਰਵਸ ਹੁੰਦੀ ਹਾਂ, ਅਤੇ ਉਦੋਂ ਤਾਂ ਮੈਂ ਚਲੀ ਗਈ। ਔਰ ਫਿਰ ਜਦੋਂ ਸੈਮੂਅਲ ਜੀ ਨਾਲ ਮਿਲਾਇਆ, ਜਾਂ ਉੱਥੇ ਹੋਰ ਫਿਲਮ ਦੇ ਜਿੰਨੇ ਵੀ ਸੀਗੇ, ਜਾਂ ਡਾਇਰੈਕਟਰ ਸਰ ਸਾਡੇ ਗੁਰਵਿੰਦਰ ਜੀ, ਉਹਨਾਂ ਨੂੰ ਦੇਖ ਕੇ ਮਤਲਬ ਮੈਂ ਬਹੁਤ ਜ਼ਿਆਦਾ ਅੰਦਰੋਂ ਡਰੀ ਵੀ ਸੀ ਕਿ ਯਾਰ ਇਹ ਤਾਂ ਬਹੁਤ ਸਾਰੇ ਮਤਲਬ ਵੱਡੇ ਵੱਡੇ ਬੰਦੇ ਥੀਏਟਰ ਨਾਲ ਰਿਲੇਟਡ, ਇੰਨਾ ਇੰਨਾ ਕੰਮ ਕੀਤਾ ਵਿਆ, ਮੈਂ ਜਵਾਕੜੀ, ਮੈਂ ਕੀ ਕਰੂੰਗੀ ਇਹਨਾਂ ਸਾਹਮਣੇ। ਪਰ ਚਲੋ ਮੈਂ ਉਹ ਕੰਮ ਕਰਕੇ ਆਈ, ਉਹਦੀ ਤਾਰੀਫ ਵੀ ਬਹੁਤ ਹੋਈ। ਵਾਹਿਗੁਰੂ ਨੇ ਇਸ ਗੱਲੋਂ ਮੇਰੇ 'ਤੇ ਹਮੇਸ਼ਾ ਮਿਹਰ ਰੱਖੀ ਆ। ਅਤੇ ਇੱਕ ਫਨੀ ਇੰਸੀਡੈਂਟ ਆ ਇਸੇ ਦਾ ਹੀ, ਜਦੋਂ ਮੈਨੂੰ ਫਿਲਮ ਲਈ ਫੋਨ ਆਇਆ, ਮੈਨੂੰ ਅੱਜ ਵੀ ਯਾਦ ਆ, ਮੈਂ ਆਪਣੇ ਘਰ ਬੈੱਡ 'ਤੇ ਬੈਠੀ ਸੀ, ਦੁਪਹਿਰ ਦਾ ਟਾਈਮ ਸੀ, ਕਿ ਆਪ ਪੇਮੈਂਟ ਪੁੱਛਿਆ ਉਹਨਾਂ ਨੇ ਮੈਨੂੰ ਕਿ ਆਪ ਪੇਮੈਂਟ ਕਿੰਨੀ ਲੈਂਗੀ। ਅਤੇ ਮੈਂ ਕਿਸੇ ਨੂੰ ਆਪਣੇ ਜਾਣਕਾਰ ਨੂੰ ਪੁੱਛਿਆ ਕਿ ਕਿੰਨੀ ਪੇਮੈਂਟ ਲਈਦੀ ਹੈ, ਕਿਵੇਂ ਕਰੀਦਾ, ਕਿਉਂਕਿ ਉਦੋਂ ਮੈਂ ਜਿਹੜਾ ਸਭ ਤੋਂ ਪਹਿਲਾਂ ਕੰਮ ਕੀਤਾ ਸੀ, ਪਰ ਡੇ 400 ਰੁਪਏ 'ਚ ਕੀਤਾ ਸੀ। ਸੋ ਮੈਨੂੰ ਨਹੀਂ ਸੀ ਪਤਾ ਵੀ ਮੈਂ ਕਿੰਨੀ ਪੇਮੈਂਟ ਮੰਗਾਂ। ਇੱਕ ਪਾਸੇ ਇਹ ਵੀ ਡਰ ਸੀ ਕਿ ਮੈਂ ਖੌਰ ਇਹਨਾਂ ਨੂੰ ਪੇਮੈਂਟ ਹੀ ਨਾ ਵੱਧ ਕਹਿ ਦਿਆਂ ਅਤੇ ਇਹ ਮੈਨੂੰ ਨਾ ਲੈਣ। ਅਤੇ ਜਦੋਂ ਉਹਨਾਂ ਨੇ ਮੈਨੂੰ ਕਿਹਾ, ਮੈਂ ਕਿਹਾ, ਮੈਨੂੰ ਕਿਸੇ ਨੇ ਦੱਸਿਆ ਕਿ ਤੂੰ ਨਾ ਪਰ ਡੇ 2500 ਰੁਪਇਆ ਉਹਨਾਂ ਨੂੰ ਕਹਿ ਦੇਣਾ। ਮੈਂ ਕਿਹਾ ਠੀਕ ਆ। ਅਤੇ ਜਦੋਂ ਉਹਨਾਂ ਦਾ ਫੋਨ ਆਇਆ, ਮੈਂ ਫੋਨ 'ਤੇ, ਮੈਨੂੰ ਅੱਜ ਵੀ ਜਦੋਂ ਮੈਨੂੰ ਉੱਥੇ ਅਸਿਸਟੈਂਟ ਨਿੱਕੀ ਮੈਨੂੰ ਮਿਲੇ, ਤਾਂ ਉਹਨਾਂ ਨੇ ਮੇਰਾ ਇਸ ਗੱਲ 'ਤੇ ਮਜ਼ਾਕ ਚੱਕਿਆ ਕਿ ਆਪ ਤਾਂ ਐਸੇ ਬੋਲ ਰਹੀ ਥੀ, ਨਹੀਂ ਨਹੀਂ ਮੈਂ ਤਾਂ 2500 ਹੀ ਲੂੰਗੀ ਪਰ ਡੇ, ਔਰ ਇਸ ਤੋਂ ਕੰਮ ਤਾਂ ਮੈਂ ਨਹੀਂ ਕਰੂੰਗੀ। ਅਤੇ ਉਹਨਾਂ ਲਈ 2500 ਪਰ ਡੇ ਕੁਛ ਵੀ ਨਹੀਂ ਸੀਗਾ, ਅਤੇ ਉਹਨਾਂ ਨੂੰ ਉਹ ਮੇਰੇ 'ਤੇ ਹੱਸ ਰਹੇ ਸੀ। ਔਰ ਅੱਜ ਵੀ ਜਿਸ ਟਾਈਮ ਉਸਨੇ ਮੈਨੂੰ, ਜਦੋਂ ਮੈਂ ਮੁੰਬਈ ਸੀ, ਇਹ ਗੱਲ ਸੁਣਾਈ, ਤਾਂ ਉਦੋਂ ਵੀ ਉਹ ਮਤਲਬ ਹੱਸ ਰਿਹਾ ਸੀ ਕਿ ਤੂੰ ਇੱਦਾਂ ਗੱਲ ਕਰਦੀ ਸੀ ਅਤੇ ਸਾਡਾ ਤਾਂ ਬਜਟ ਸੀਗਾ ਹੀ, ਤੂੰ ਕਵੇਂ ਕਿ ਨਹੀਂ ਨਹੀਂ ਮੈਂ ਤਾਂ ਇਸੇ ਕੰਮ ਨਹੀਂ ਲੂੰਗੀ। ਅਤੇ ਅਸੀਂ ਮਤਲਬ ਅੰਦਰੋਂ ਮੈਂ ਹੱਸ ਰਿਹਾ ਸੀ ਕਿ ਕੈਸੀ ਕੁੜੀ ਆ। ਸੋ ਐਸੀਆਂ ਬੇਵਕੂਫੀਆਂ ਮੇਰੀ ਜ਼ਿੰਦਗੀ 'ਚ ਹੁੰਦੀਆਂ ਰਹਿੰਦੀਆਂ। ਔਰ ਖੈਰ ਮੈਨੂੰ ਇਹ ਲੱਗਦਾ ਕਿ ਬੇਵਕੂਫੀਆਂ ਚੰਗੀਆਂ ਨੇ, ਪਿਆਰੀਆਂ ਨੇ,
ਔਰ ਇਹ ਹੁੰਦੀਆਂ ਹੀ ਰਹਿਣ ਮੈਂ ਕਰਦੀ ਰਵਾਂ ਜਦੋਂ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਤਾਂ ਓਬਵੀਅਸਲੀ ਖੁਸ਼ੀ ਹੁੰਦੀ ਆ ਕਿਉਂਕਿ ਇੱਕ ਸ਼ਹਿਰ 'ਚੋਂ ਛੋਟੇ ਜਿਹੇ ਸ਼ਹਿਰ 'ਚੋਂ ਛੋਟਾ ਸ਼ਹਿਰ ਵੀ ਨਹੀਂ ਕਹੂੰਗੀ ਖੈਰ ਮੈਂ ਮੇਰਾ ਜਿਹੜਾ ਪਿੰਡ ਆ ਮੇਰੇ ਦਾਦਕਾ ਪਿੰਡ ਮੇਰਾ ਕੁਸਲਾ ਸਰਦੂਲਗੜ੍ਹ ਸਾਈਡ ਇਹ ਪਿੰਡ ਪੈਂਦਾ ਮਾਨਸਾ ਸਰਦੂਲਗੜ੍ਹ ਸਾਈਡ ਸੋ ਉੱਥੋਂ ਆਈ ਵੀ ਇੱਕ ਕੁੜੀ ਜਿਹੜੀ ਕਿ ਬਠਿੰਡੇ ਰਹਿੰਦੀ ਸੀ ਔਰ ਫਿਰ ਬਹੁਤ ਹੀ ਜ਼ਿਆਦਾ ਕੰਜ਼ਰਵੇਟਿਵ ਆਪਾਂ ਫੈਮਿਲੀ ਕਹਿ ਸਕਦੇ ਹਾਂ ਮੈਨੂੰ ਇੰਨਾ ਮੇਰੇ ਡੈਡੀ ਬਹੁਤ ਜ਼ਿਆਦਾ ਸਟ੍ਰਿਕਟ ਸੀਗੇ ਕੋਈ ਬਹੁਤ ਜ਼ਿਆਦਾ ਖੁੱਲ੍ਹ ਨਹੀਂ ਸੀ ਮੈਨੂੰ ਘਰੋਂ ਅਤੇ ਫਿਰ ਮੈਂ ਫਿਲਮ ਕੀਤੀ ਔਰ ਫਿਰ ਫਿਲਮ ਨੂੰ ਅਵਾਰਡ ਮਿਲ ਗਿਆ ਮੇਰੇ ਲਈ ਬਹੁਤ ਵੱਡੀ ਗੱਲ ਸੀ ਖੈਰ ਮੈਨੂੰ ਸ਼ਾਇਦ ਇਹ ਗੱਲ ਵੀ ਇੰਨੀ ਨਹੀਂ ਸੀ ਪਤਾ ਜਿੰਨਾ ਮੇਰੇ ਆਸ ਪਾਸ ਵਾਲਿਆਂ ਨੇ ਮੈਨੂੰ ਕਿਹਾ ਕਿ ਮਤਲਬ ਨੈਸ਼ਨਲ ਅਵਾਰਡ ਵਿਨਿੰਗ ਫਿਲਮ ਦੀ ਹੀਰੋਇਨ ਆ ਤੂੰ ਤਾਂ ਮੈਨੂੰ ਲੱਗਿਆ ਕਿ ਹਾਂ ਯਾਰ ਕੁਛ ਵੱਡਾ ਹੈ ਇਹ ਹੈ ਨਾ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਬਹੁਤ ਇਨੋਸੈਂਟ ਜਾਂ ਝੱਲੀ ਕਹਿ ਲਓ ਮੈਨੂੰ ਨਹੀਂ ਸੀ ਪਤਾ ਇਹਨਾਂ ਗੱਲਾਂ ਦਾ ਅਤੇ ਉਸ ਤੋਂ ਬਾਅਦ 3 ਅਵਾਰਡਸ ਮਿਲੇ ਫਿਲਮ ਨੂੰ ਬੈਸਟ ਡਾਇਰੈਕਟਰ ਬੈਸਟ ਕੈਮਰਾਮੈਨ ਔਰ ਬੈਸਟ ਪੰਜਾਬੀ ਫਿਲਮ ਇਹ 3 ਅਵਾਰਡਸ ਮਿਲੇ ਔਰ ਮੈਨੂੰ ਫੋਨ ਆਇਆ ਅਮਰੀਕ ਗਿੱਲ ਭਾਅ ਜੀ ਨੇ ਬਾਲੀਵੁੱਡ ਫਿਲਮਾਂ ਦੇ ਰਾਈਟਰ ਉਹਨਾਂ ਦਾ ਫੋਨ ਆਇਆ ਕਿ ਕੁੱਲ ਤੁਹਾਡੀ ਫਿਲਮ ਦੇਖੀ ਮੈਂ ਤੁਹਾਡਾ ਨੰਬਰ ਲਿਆ ਪਹਿਲਾਂ ਤਾਂ ਔਰ ਮੈਂ ਫਿਲਮ ਦੇਖੀ ਜਦੋਂ ਮੈਂ ਫਿਲਮ ਦੇਖ ਲਿਆ ਸੀ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਬੈਸਟ ਕੰਪਲੀਮੈਂਟ ਸੀ ਔਰ ਇਹ ਸਭ ਤੋਂ ਪਹਿਲਾਂ ਮੈਨੂੰ ਇਸ ਫੋਨ 'ਤੇ ਪਤਾ ਲੱਗਿਆ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਕੁੱਲ ਜਦੋਂ ਫਿਲਮ ਦੇਖਦਾ ਸੀ ਨਾ ਮੈਂ ਤੇਰੀ ਅਤੇ ਮੈਨੂੰ ਜਦੋਂ ਜਦੋਂ ਸਕਰੀਨ 'ਤੇ ਤੂੰ ਆਉਂਦੀ ਸੀ ਅਤੇ ਮੈਨੂੰ ਐਂ ਲੱਗਦਾ ਸੀ ਜਿਵੇਂ ਸਮਿਤਾ ਜੀ ਦੀ ਝਲਕ ਪੈਂਦੀ ਸੀ ਤੇਰੇ 'ਚੋਂ ਸੋ ਉਹ ਮੇਰੇ ਲਈ ਬਹੁਤ ਵੱਡੀ ਗੱਲ ਸੀ ਇਹ ਸਭ ਤੋਂ ਪਹਿਲਾਂ ਮੈਨੂੰ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਹੁਣ ਖੈਰ ਮੈਨੂੰ ਬਹੁਤ ਸਾਰੇ ਲੋਕ ਤੁਹਾਡੇ ਵਰਗੇ ਸਾਰੇ ਜਣੇ ਮੇਰੇ ਵੈਲ ਵਿਸ਼ਰ ਸਾਰੇ ਮੈਨੂੰ ਇਹ ਗੱਲ ਦੱਸਦੇ ਆ ਕਿ ਮਤਲਬ ਤੂੰ ਉਵੇਂ ਲੱਗਦੀ ਔਰ ਮੈਂ ਕਹਿੰਦੀ ਹਾਂ ਕਿ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਥੋੜ੍ਹੀ ਬਹੁਤ ਉਹਨਾਂ ਵਰਗੀ ਲੱਗਦੀ ਹਾਂ ਜਾਂ ਦੇਖਦੀ ਹਾਂ ਇਹ ਸੀ ਮੇਰੀ ਫਿਲਮ ਅੰਨੇ ਘੋੜੇ ਦਾ ਦਾਨ ਬਾਰੇ ਕੁਛ ਗੱਲਾਂ ਜਿਹੜੀਆਂ ਕਿ ਮੈਂ ਤੁਹਾਡੇ ਨਾਲ ਹਮੇਸ਼ਾ ਤੋਂ ਸਾਂਝੀਆਂ ਕਰਨਾ ਚਾਹੁੰਦੀ ਸੀ ਔਰ ਚੰਗਾ ਹੋਇਆ ਕਿ ਚੈਨਲ ਬਣ ਗਿਆ ਔਰ ਇਹਦੇ ਥਰੂ ਮੈਂ ਤੁਹਾਡੇ ਨਾਲ ਇਹ ਗੱਲਾਂ ਕਰ ਪਾ ਰਹੀ ਹਾਂ ਅਤੇ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਆ ਉਹਨਾਂ ਨੂੰ ਥੈਂਕ ਯੂ ਔਰ ਜਿਨ੍ਹਾਂ ਨੇ ਹਲੇ ਨਹੀਂ ਕੀਤਾ ਉਹ ਪਲੀਜ਼ ਕਰ ਲਓ ਕਿਉਂਕਿ ਮੈਂ ਕੋਸ਼ਿਸ਼ ਕਰੂੰਗੀ ਕੁਛ ਡਿਫਰੈਂਟ ਤਰ੍ਹਾਂ ਦੀਆਂ ਗੱਲਾਂ ਲੈ ਕੇ ਤੁਹਾਡੇ ਸਾਹਮਣੇ ਆਵਾਂ ਕੁਛ ਵੱਖ ਕਰਨ ਦੀ ਕੋਸ਼ਿਸ਼ ਕਰੂੰਗੀ ਸੋ ਸਤਿ ਸ਼੍ਰੀ ਅਕਾਲ